ਇਹ ਸਾਡੇ ਕੋਲ ਮਤਲਬ 104 ਸਾਲ ਪੁਰਾਣਾ ਹੈ, ਮਤਲਬ ਬਜ਼ੁਰਗਾਂ ਕੋਲੇ ਹੁੰਦਾ ਸੀ ਸਾਡੇ ਪਹਿਲਾਂ, 104 ਸਾਲ ਪੁਰਾਣਾ ਹੈ, ਮਤਲਬ 1919 ਦਾ ਬਣਿਆ ਹੋਇਆ ਜੀ। ਕਿੱਦਾਂ ਤੁਸੀਂ ਦੀ ਕੇਅਰ ਕਰ ਰਹੇ ਹੋ, ਕਿਸ ਤਰੀਕੇ ਨਾਲ ਇਹਦੀ ਤੁਸੀਂ ਕਹਿ ਸਕਦੇ ਵੀ ਕੰਮ ਲਿਆ ਗਿਆ ਕਿਵੇਂ? ਪਹਿਲਾਂ ਤਾਂ ਮਤਲਬ ਇਹ ਕੰਮ ਲੈਂਦੇ ਰਹੇ ਤੇ ਇਸਨੂੰ, ਮਤਲਬ ਜਿਹੜੇ ਤਾਂ ਉਹ ਹੁੰਦਾ ਟਰੈਕਟਰ ਵਗੈਰਾ ਨਹੀਂ ਹੁੰਦੇ ਸੀ ਉਦੋਂ, ਤੇ ਹੁਣ ਉਸ ਤੋਂ ਬਾਅਦ ਫਿਰ ਇਹ ਅਸੀਂ ਮਤਲਬ ਸਾਂਭ ਕੇ ਉਹ ਰੱਖਿਆ ਹੋਇਆ, ਮਤਲਬ ਹੁਣ ਕੰਮ ਤਾਂ ਇਹ ਤੋਂ ਐਨੀ ਲੈਂਦੇ ਨੇ ਅਸੀਂ ਹੁਣ। ਕਿੰਨਾ ਕੇ ਦੇ ਉੱਪਰ ਪਿੱਤਲ ਤੇ ਜਿਹੜਾ ਕੇ ਦੀ ਕੁਇੰਟਲ ਦੇ ਕਰੀਬ ਪਿੱਤਲ ਉਸ ਤਾਂਬਾ ਲੱਗਿਆ ਹੈ। ਇਹਦੀ ਅੱਜ ਵੀ ਲੋਕ ਇਹਨੂੰ ਦੇਖਣ ਆਉਂਦੇ ਨੇ? ਹਾਂ ਹਾਂ ਬਹੁਤ ਆਉਂਦੇ ਨੇ, ਬਹੁਤ ਆਉਂਦੇ। ਕਿੰਨਾ ਕੁ ਮਾਣ ਮਹਿਸੂਸ ਕਰਦੇ? ਬਹੁਤ ਵਧੀਆ ਕਰਦੇ ਆ ਮਾਣ ਮਹਿਸੂਸ, ਬਹੁਤ ਵਧੀਆ ਮਾਣ ਮਹਿਸੂਸ ਕਰਦੇ ਆ ਕਿ ਆਪਣੇ ਸਾਂਭ ਕੇ ਰੱਖੇ। ਤੇ ਲੈ ਕੇ ਵੀ ਜਾਂਦੇ ਇਹਨੂੰ ਗੱਡੀ ਨੂੰ? ਹਾਂ ਇਹ ਮਤਲਬ ਫੰਕਸ਼ਨਾਂ ਤੇ ਜਾਂਦਾ ਰਿਹਾ ਜੀ, ਸੰਗਰੂਰ ਵੀ ਜਾਂਦਾ ਰਿਹਾ ਤੇ ਬਲੱਡ ਵੀ ਗਏ। ਕਦੇ ਕੋਈ ਕਿਸੇ ਨੇ ਕਿਹਾ ਨਹੀਂ ਹੈ ਕਿ ਤੁਹਾਨੂੰ ਮੂੰਹ ਮੰਗੇ ਪੈਸੇ ਦੇ ਦਿੰਦੇ? ਕਹਿੰਦੇ ਆ ਫਿਰ ਅਸੀਂ ਲੈਂਦੇ ਨਹੀਂ ਜੀ। ਕਾਰਨ ਕੀ ਹੈ? ਨਹੀਂ ਬਸ ਚਾਹੇ ਮਤਲਬ ਕੀਮਤ ਨਹੀਂ ਇਹਦੀ ਕੋਈ ਹੈ, ਬਜ਼ੁਰਗਾਂ ਨਹੀਂ ਛੱਡਦਾ। ਹਾਂ ਨਾ ਨਾ ਹਾਂ ਵੈਸੇ ਕੀਮਤ ਕੁਮਤ ਕੋਈ ਨਾ, ਕੁਛ ਵੀ ਦੇਵੇ ਅਸੀਂ ਇਹਨੂੰ ਵਿੱਚ ਨਹੀਂ ਹੈਗਾ। ਤੁਹਾਡਾ ਜੀ? ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ ਜੀ, ਕਿੰਨੇ ਸਮੇਂ ਤੋਂ ਇਸ ਗੱਡੀ ਦੀ ਤੁਸੀਂ ਸਾਂਭ ਸੰਭਾਲ ਕਰ ਰਹੇ ਹੋ? ਕਿੰਨੀ ਪੀੜ੍ਹੀ ਹੁਣ ਜਿਹੜੀ ਇਹਦੀ ਸਾਂਭ ਸੰਭਾਲ ਕਰ ਰਹੀ ਹੈ? ਤਕਰੀਬਨ ਪੀੜ੍ਹੀ ਬਾਈ ਪੰਜਵੀਂ ਆ ਗਈ ਸਾਡੀ, ਤੇ ਸਾਂਭ ਸੰਭਾਲ ਬਸ ਜਦੋਂ ਸੁਰਤ ਸੰਭਾਲੀਏ ਮੈਂ ਸਾਂਭ ਸੰਭਾਲ ਹੀ ਕਰਦਾ। ਕਿੱਦਾਂ ਲੱਗਦਾ ਵੀ ਕਿਸ ਤਰੀਕੇ ਨਾਲ ਬਜ਼ੁਰਗਾਂ ਵੱਲੋਂ ਇਹ ਗੱਡਾ ਕਦੋਂ ਲਿਆਂਦਾ ਗਿਆ ਸੀ, ਕਿੰਨਾ ਸਮਾਂ ਇਸ ਗੱਡੇ ਨੂੰ ਆਏ ਨੂੰ ਹੋ ਗਿਆ? ਮੈਂ ਸੁਣਦਾ ਬਾਈ ਮੇਰੇ ਮਤਲਬ ਕਿ ਪੜਦਾਦਾ ਜੀ ਹੋਰ ਨੇ ਗੱਡਾ ਖਰੀਦਿਆ ਸੀ ਇਹ, ਉਸ ਤੋਂ ਬਾਅਦ ਦਾਦਾ ਜੀ ਹੋਰ ਨੇ ਕੰਮ ਕੀਤਾ ਇਹਦੇ ਨਾਲ, ਤੇ ਪੁਰਾਣੇ ਟਾਈਮ ਦਾ ਜਹਾਜ਼ ਲਾ ਲਓ ਇਹਨੂੰ ਕਹਿ ਦਿੰਦੇ ਆ, ਮਤਲਬ ਕਿ ਟਰੈਕਟਰ ਨਹੀਂ ਹੁੰਦੇ ਸੀ, ਟਰਾਲੀਆਂ ਨਹੀਂ ਹੁੰਦੀਆਂ ਸੀ, ਉਦੋਂ ਸਾਰਾ ਢੋਆ ਢਵਾਈ ਦਾ ਕੰਮ, ਕਿਤੇ ਜਾਣਾ ਆਉਣਾ, ਮਤਲਬ ਕਿ ਕਿਸੇ ਦੀ ਬਰਾਤ ਲੈ ਕੇ ਆਉਣਾ, ਇੱਥੋਂ ਤੱਕ ਕਿ ਮੇਰੇ ਦਾਦੀ ਹੋਰ ਵੀ ਇਸ ਗੱਡੇ 'ਚ ਆਏ ਹੋਏ ਨੇ, ਬਰਾਤਾਂ ਉਸ ਟਾਈਮ 3 ਦਿਨ ਰਹਿੰਦੀਆਂ ਹੁੰਦੀਆਂ, ਤੇ ਦਾਦੀ ਹੋਰੀ ਇਸ ਗੱਡੀ 'ਚ ਆਏ ਹੋਏ ਆ ਮੇਰੇ।